हस्बैंड मुझको प्यार नहीं करते। हेलो, हाँ भाई। तो कुछ कुछ लग भी नहीं रहा है, कुछ नहीं सही आ रहा है। हाँ। यार मानदा तेनू ओहदे नाल कुड़ी नाल प्यार हैगा यार, ठीक है, अट्रैक्शन तेरी हैगी है, पर जो नहीं मानती फिर तो कल करना ओहदे नाल। हाँ हाँ पता, तू ब्याह कराना चाहता, पर देख मेरी गल सुन, हुण जे तू मन्नूगी नहीं फिर तू किवें राजी करूगा उहनू। इदां तां देख मेरे भी किन्ने अट्रैक्शन होए ने, जे किते मैं सारियां नाल ब्याह कराया हुंदा फिर तां मेरे 15-16 ब्याह होए हुंदे। दिल नहीं छोटा करना हैगा ते तू तू ना चल, मैं तेरे नाल करदा, मैं तेरे नाल बाद च गल करदा। ਕੀ ਮਤਲਬ ਤੁਸੀਂ ਕੀ ਬੋਲ ਕੇ ਹਟਿਆ ਜੇ 15-20 ਅਟਰੈਕਸ਼ਨਸ? ਓਹੋ ਤੁਸੀਂ ਨਾ ਤੱਕ ਦੱਸਿਆ ਕਿਉਂ ਨਹੀਂ, 2 ਸਾਲ ਹੋ ਗਏ ਸਾਡੇ ਵਿਆਹ ਨੂੰ, ਦੱਸਿਆ ਕਿਉਂ ਨਹੀਂ ਤੁਸੀਂ ਅੱਜ ਤੱਕ? ਮੈਨੂੰ ਪਹਿਲਾਂ ਮੈਨੂੰ ਇੰਨਾ ਦੱਸੋ ਕਿ ਤੁਹਾਨੂੰ 15-20 ਕੁੜੀਆਂ ਨਾਲ ਪਿਆਰ ਹੋਇਆ। ਇਹ ਤਾਂ ਗੱਲ ਸਮਝਾਉਣ ਦਾ ਤਰੀਕਾ ਹੁੰਦਾ ਆ, ਮੈਂ ਉਹਨੂੰ ਤਰੀਕਾ ਤੁਸੀਂ ਅੱਜ ਤੱਕ ਮੈਨੂੰ ਧੋਖੇ 'ਚ ਰੱਖਿਆ। ਮੇਰੀ ਗੱਲ ਤਾਂ ਸੁਣੋ, ਕੀ ਸੁਣਾਵੇ, ਇਹ ਸੁਣਨ ਵਾਲੀ ਕਿਹੜੀ ਗੱਲ? ਵਿਆਹ ਤਾਂ ਮੇਰਾ ਤੁਹਾਡੇ ਨਾਲ ਹੋਇਆ, ਇਹ ਤਾਂ ਮੁੰਡੇ ਨੂੰ ਸਮਝਾਉਂਦਾ ਪਿਆ, ਦੇਖੋ ਕਿਤੇ ਖੁਦਕੁਸ਼ੀ ਨਾ ਕਰ ਲਿਓ, ਅੱਜ ਕੱਲ੍ਹ ਤੁਹਾਨੂੰ ਪਤਾ ਪਿਆਰ ਦੇ ਵਿੱਚ ਸੁਸਾਈਡ ਹੋ ਜਾਂਦੇ ਨੇ, ਉਹ ਮੁੰਡੇ ਨੂੰ ਅਟਰੈਕਸ਼ਨ। ਆਪਣੀ ਐਗਜ਼ਾਮਪਲ ਦੇ, ਵਧੀਆ ਹੋਇਆ ਅੱਜ ਮੈਨੂੰ ਪਤਾ ਲੱਗ ਗਿਆ। ਆਪਣੀ ਐਗਜ਼ਾਮਪਲ ਹੁਣ ਦੇਖੋ, ਐਗਜ਼ਾਮਪਲ ਦਿੱਤੀ ਮੈਂ ਆਪਣੀ ਕਿ ਬੰਦਾ ਮਤਲਬ ਉਹਨੂੰ ਦਿਲ ਦੇਖੋ ਤਸੱਲੀ ਦੇਣੀ ਜ਼ਰੂਰੀ ਹੁੰਦੀ, ਮੈਂ ਉਹਦਾ ਦੋਸਤ ਹੈਗਾ, ਤਸੱਲੀ ਤਾਂ ਦੇਣੀ ਪੈਣੀ ਉਹਨੂੰ। 15-20 ਕੁੜੀਆਂ ਨਾਲ ਕਦੋਂ ਤੋਂ ਸਟਾਰਟ ਕੀਤਾ? 10ਵੀਂ ਤੋਂ ਸਟਾਰਟ ਕੀਤਾ ਹੁਣ ਮੈਨੂੰ ਲੱਗਦਾ, 15-20 ਕੁੜੀਆਂ ਨਾਲ। ਹੱਦ ਹੈ ਯਾਰ, ਇੱਕ ਨਾ, ਦੋ ਨਾ, ਤਿੰਨ ਨਾ, 15-15-20-20 ਕੁੜੀਆਂ ਨਾਲ ਯਾਰ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਹੈ, ਰੱਬ ਦਾ ਬਾਤ ਹੈ, ਮੈਂ ਤਾਂ ਮੁੰਡੇ ਨੂੰ ਸਮਝਾਉਂਦਾ ਪਿਆ ਸੀਗਾ, ਸੱਚੀ ਗੱਲ ਇੱਦਾਂ ਦੀ ਕੁਝ ਗੱਲ ਨਹੀਂ ਹੈਗੀ ਹੈ। ਉਹ ਤਾਂ ਯਾਰ ਦੋਸਤ ਹੈਗਾ, ਉਹਨੇ ਵਿਚਾਰੇ ਨੇ ਦਿਲ ਹੋਲਾ ਕਰਨ ਵਾਸਤੇ ਫੋਨ ਕਰ ਲਿਆ, ਹੁਣ ਕੀ ਮੈਂ ਉਹਨੂੰ ਸਮਝਾਵਾਂ ਵੀ ਨਾ? ਇਹ ਤਾਂ ਤਰੀਕਾ ਹੁੰਦਾ ਗੱਲ ਕਰਨ ਦਾ, ਵੇ ਆਫ ਟਾਕਿੰਗ ਜਿਹਨੂੰ ਕਹਿੰਦੇ ਹੈਗੇ, ਕਿ ਦੂਜੇ ਨੂੰ ਅਸੀਂ ਡਿਪਰੈਸ਼ਨ 'ਚ ਨਹੀਂ ਜਾਣ ਦੇਣਾ ਹੈਗਾ, ਉਹ ਚਾਹੇ ਆਪਣਾ ਐਗਜ਼ਾਮਪਲ ਦੇਣਾ ਪਵੇ ਤਾਂ ਕੋਈ ਚੱਕਰ ਨਹੀਂ ਹੈਗਾ, ਠੀਕ ਹੈ ਨਾ? ਮੈਂ ਕਿਸੇ ਨੂੰ ਕੋਈ ਗਿਫਟ ਨਹੀਂ ਦਿੱਤੇ ਹੈਗੇ, ਕਿਸੇ ਨੂੰ ਕੋਈ ਸੂਟ ਨਹੀਂ ਦਵਾਇਆ ਹੈਗਾ, ਤੁਹਾਨੂੰ ਸਭ ਪਤਾ ਹੈਗਾ। ਬਸ ਉਹ ਹੀ ਹੈ ਨਾ, ਗੱਲਾਂ ਖਿੱਚਣ ਦੀ ਗੱਲ ਹੈ, ਮਤਲਬ ਅੱਗੇ ਤੋਂ ਬੰਦਾ ਤੁਹਾਡੇ ਕੋਲ ਬਹਿ ਕੇ ਫੋਨ ਵੀ ਨਾ ਕਰੇ, ਇਹੀ ਗੱਲ ਹੈ। ਵਧੀਆ ਹੋਇਆ ਮੈਂ ਸੁਣ ਲਿਆ। ਉਹ ਤਾਂ ਗੁੱਸੇ ਜਿਹੇ ਬਹੁਤ ਸੋਹਣੇ ਲੱਗਦੇ ਤੁਸੀਂ। ਹਾਏ ਨੀ, ਬਸ ਉਹ ਮੈਨੂੰ ਮਸਕੇ ਨਹੀਂ ਲਾਉਣੇ, ਮੈਨੂੰ ਸੱਚ ਸੱਚ ਦੱਸੋ ਅੱਜ 15-20 ਕੁੜੀਆਂ, ਕਿਹੜੀ ਕੁੜੀਆਂ ਨੇ? ਹਾਏ ਰੱਬਾ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਸੱਚੀ ਦੱਸਾਂ ਮੈਂ। ਨਹੀਂ ਜੀ ਹੈ, ਉਹ ਨਹੀਂ ਹੈਗੀ ਹੈ। ਅੱਛਾ ਚਲੋ, ਮੈਂ ਕੰਮ ਤੋਂ ਲੇਟ ਹੋ ਰਿਹਾ ਹੈਗਾ, ਮੈਂ ਪੱਗ ਦੀ ਪੂਣੀ ਕਰਾਉਣ ਵਾਲੇ ਮੇਰੀ ਨਾ, ਉਹਨਾਂ ਤੋਂ ਕੰਮ ਜਿੱਦ ਗਿਆ, ਉਹਨੂੰ ਲੈ ਕੇ ਉਹਨਾਂ ਪੂਣੀ ਕਰਾਉਣਾ, ਵੀ ਨਹੀਂ ਬੈਠੇ ਸਰ ਕੰਮ ਕਰਦੇ, ਪਹਿਲਾਂ ਮੈਂ ਨਾ ਦੱਸਾਂ ਫਿਰ ਹੀ ਪੁੱਛਾਂਗੀ। ਨਹੀਂ ਉਸੇ ਜੇ ਕਿੰਨੀ ਸੋਹਣੀ ਲੱਗਦੀ ਕੁੜੀ ਨੂੰ, ਉਹ ਤਾਂ ਮੈਂ ਹੈ ਹੀ ਹਾਂ, ਮੈਨੂੰ ਪਤਾ। ਆਏ ਹਾਏ, ਆ ਤਾਂ ਸੂਟ ਬੜਾ ਸੋਹਣਾ ਪਾਇਆ। ਅੱਛਾ ਇਹ ਤਾਂ ਉਹੀ ਸੂਟ ਜਿਹੜਾ ਮੈਂ ਲਿਆ ਕੇ ਦਿੱਤਾ, ਹੁਣ ਹੀ ਕਹਿੰਦੀ ਕਿ ਮੈਂ ਕੋਈ ਸੂਟ ਨਹੀਂ ਲਿਆ ਕੀਤਾ ਹੈ, ਆ ਗਏ ਨਾ, ਫਸ ਗਈ ਨਾ, ਹੈ ਇੱਕ ਅੱਧਾ ਉਹ ਤਾਂ ਲੈ ਕੇ ਦੇਣੇ ਪੈਂਦਾ। ਗੱਲ ਬਸ ਕੋਈ ਗੱਲ ਹੋਵੇ ਨਾ ਹੋਵੇ, ਤੁਸੀਂ ਗੱਲ ਖਿੱਚਣੀ ਹੈਗੀ ਹੈ, ਕੋਈ ਉਹ ਨਹੀਂ ਮਤਲਬ ਨਹੀਂ ਬਣਦਾ ਹੈਗਾ, ਉਹ ਖਿੱਚੀ ਜਾਣੀ ਤੁਹਾਨੂੰ ਇਹ ਸਮਝ ਆਉਂਦੀ ਹੈ, ਮੁੰਡਾ ਯਾਰ ਦੋਸਤ ਹੈ, ਤੁਸੀਂ ਮਿਲੇ ਉਹਦੇ ਨਾਲ, ਠੀਕ ਹੈ, ਉਹ ਕਿਤੇ ਮਤਲਬ ਗਲਤ ਕਦਮ ਨਾ ਚੱਕ ਲਿਓ, ਉਹਨੂੰ ਸਮਝਾਉਣ ਵਾਸਤੇ ਮੈਂ ਇੱਦਾਂ ਕੀਤਾ ਆ, ਸਾਰਾ ਤੁਹਾਨੂੰ ਪਤਾ ਆ, ਪਰ ਗੱਲ ਖਿੱਚਣੀ ਪਈ ਮਤਲਬ ਦੀ। ਅੱਛਾ ਚਲੋ, ਸਾਰੀ ਗੱਲਾਂ ਛੱਡੋ, ਚਲੋ ਮੇਰੇ ਨਾਲ ਪੱਗ ਦੀ ਪੂਣੀ ਕਰੋ, ਮੈਂ ਬਹੁਤ ਲੇਟ ਹੁੰਦਾ ਫਿਰ।